ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਭਾਰਤ ਦੇ ਵਿੱਚ ਜੇ ਕੋਈ ਫਿਲਮ ਬਣਨ ਜਾ ਰਹੀ ਹੋਵੇ ਜਾਂ ਬਣ ਰਹੀ ਹੋਵੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉੱਪਰ ਫਿਲਮਾਈ ਗਈ ਹੋਵੇ ਔਰ ਕੰਗਣਾ ਰਣੌਤ ਨੇ ਉਹਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੋਵੇ ਭਾਵ ਕਿ ਕੰਗਣਾ ਰਣੌਤ ਉਸ ਫਿਲਮ ਦੇ ਵਿੱਚ ਇੰਦਰਾ ਗਾਂਧੀ ਬਣੀ ਹੋਵੇ ਇੰਦਰਾ ਗਾਂਧੀ ਦਾ ਰੋਲ ਪਲੇ ਕੀਤਾ ਹੋਵੇ ਤਾਂ ਭਾਰਤ ਦਾ ਜ਼ਿਕਰ ਮੈਂ ਤਾਂ ਕੀਤਾ ਹੈਗਾ ਕਿ ਇੱਥੇ ਜਦੋਂ ਇਸ ਕਿਸਮ ਦੀ ਫਿਲਮ ਬਣੂਗੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸੋਚ ਸਕਦੇ ਹੋ ਕਿ ਉਸ ਫਿਲਮ ਦੇ ਵਿੱਚ ਕਿਹੋ ਜਿਹਾ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਗਿਆ ਹੋਊਗਾ ਜਾਂ ਕੀਤਾ ਜਾਊਗਾ ਕਿਉਂਕਿ ਫਿਲਮ ਹੱਲੇ ਮੇਰਾ ਖਿਆਲ ਹੈ ਕਿ ਸ਼ੂਟ ਹੋ ਰਹੀ ਹੈ ਕੰਗਣਾ ਰਣੌਤ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਦੋ ਚਾਰ ਗੱਲਾਂ ਲਿਖੀਆਂ ਹੈ ਬੜੀ ਜ਼ਿਆਦਾ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਿ ਐਮਰਜੈਂਸੀ ਨਾਂ ਦੀ ਇੱਕ ਫਿਲਮ ਬਣਨ ਜਾ ਰਹੀ ਹੈ ਇੰਦਰਾ ਗਾਂਧੀ ਦੇ ਉੱਪਰ ਜਿਹਦੇ ਵਿੱਚ ਕੰਗਣਾ ਰਣੌਤ ਮੁੱਖ ਭੂਮਿਕਾ ਨਿਭਾਉਂਗੀ ਹੁਣ ਕੰਗਰਨਾ ਨਾਟ ਨੇ ਤਾਂ ਬੜੇ ਹੀ ਸ਼ਾਨਦਾਰ ਨਾਲ ਦੱਸਿਆ ਹੈਗਾ ਕਿ ਮੈਨੂੰ ਬਹੁਤ ਮਾਣ ਹੈਗਾ ਕਿ ਮੈਂ ਦੇਸ਼ ਦੀ ਅੱਡੀ ਜ਼ਬਰਦਸਤ ਐਡੀ ਸ਼ਕਤੀਸ਼ਾਲੀ ਜਿਹੜੀ ਔਰਤ ਰਹੀ ਆ ਦੇਸ਼ ਦੀ ਪ੍ਰਧਾਨ ਮੰਤਰੀ ਰਹੀ ਹੈ ਕਿ ਮੈਨੂੰ ਮੌਕਾ ਮਿਲਿਆ ਹੈਗਾ ਕਿ ਮੈਂ ਉਹਦਾ ਰੋਲ ਜਿਹੜਾ ਹੈਗਾ ਉਹ ਪਲੇ ਕਰਨ ਜਾ ਰਹੀ ਆ ਸੋ ਉਹਨੂੰ ਤੇ ਮਾਣ ਮਹਿਸੂਸ ਹੁਣੇ ਹੀ ਹੈਗਾ ਤੇ ਉਹਨੂੰ ਮਾਣ ਮਹਿਸੂਸ ਹੋ ਵੀ ਰਿਹਾ ਹੈਗਾ ਇਸ ਫਿਲਮ ਦੇ ਵਿੱਚ 1971 ਦੀ ਇੱਕ ਘਟਨਾ ਦਿਖਾਈ ਗਈ ਹੈ ਇਸ ਵੀਡੀਓ ਵਿੱਚ ਇੱਕ ਉਹਨੇ ਵੀਡੀਓ ਕਲਿੱਪ ਜ ਵੀ ਸ਼ੇਅਰ ਕੀਤਾ ਹੈਗਾ ਉਹਦੇ ਵਿੱਚ ਦਿਖਾਇਆ ਗਿਆ ਹੈਗਾ ਵੀ ਕਿੱਦਾਂ ਇੰਦਰਾ ਗਾਂਧੀ ਨੂੰ ਜਿਹੜੇ ਸਾਰੇ ਆਫੀਸਰ ਸਕੇ ਜਿਹੜੇ ਉਸ ਵੇਲੇ ਦੇ ਵੱਡ-ਵੱਡੇ ਉਹ ਉਹਨੂੰ ਮੈਡਮ ਨਹੀਂ ਕਹਿੰਦੇ ਹੁੰਦੇ ਸਕੇ ਸਰ ਕਹਿੰਦੇ ਹੁੰਦੇ ਸਕੇ ਜਿੱਦਾਂ ਆਮ ਕਰਕੇ ਬੀਬੀਆਂ ਨੂੰ ਮੈਡਮ ਕਿਹਾ ਜਾਂਦਾ ਹੈਗਾ ਹਾਂਜੀ ਮੈਮ ਹਾਂਜੀ ਮੈਡਮ ਪਰ ਉਹ ਇੱਥੇ ਉੱਥੇ ਇਦਾਂ ਨਹੀਂ ਸੀਗਾ ਇੰਦਰਾ ਗਾਂਧੀ ਨੂੰ ਸਰ ਕਹਿ ਕੇ ਹੀ ਬੁਲਾਉਂਦੇ ਹੁੰਦੇ ਸਕੇ ਫਿਲਮ ਫਿਲਮ ਰਿਲੀਜ਼ ਹੋਣੀ ਹੈ ਜੀ 25 ਜੂਨ 2023 ਨੂੰ ਸੋ ਹੁਣ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਜਦੋਂ ਹੁਣ ਇਹ ਫਿਲਮ ਬਣੂਗੀ ਤਾਂ ਕਿਹੋ ਜਿਹਾ ਬਿਰਤਾਂਤ ਸਿਰਜਣ ਦੇ ਯਤਨ ਕੀਤੇ ਜਾਣਗੇ ਆਪਾਂ ਸਾਰੇ ਹੀ ਜਣ ਜਾਣਦੇ ਹੈਗੇ ਕਿ ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕ ਇੰਦਰਾ ਗਾਂਧੀ ਨੂੰ ਇਸ ਰੂਪ ਦੇ ਵਿੱਚ ਜਾਣਦੇ ਆ ਕਿ ਉਹਨੇ ਸਿੱਖਾਂ ਦੇ ਜਾਂ ਸਾਡੇ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕਰਨ ਦੇ ਹੁਕਮ ਚੜ੍ਹੇ ਸੀਗੇ ਔਰ ਸਿੱਖਾਂ ਦੇ ਮੁਕੱਦਸ ਅਸਥਾਨ ਨੂੰ ਢਾਹ ਢੇਰੀ ਕੀਤਾ ਸੀਗਾ ਟੈਂਕਾਂ ਤੇ ਤੋਪਾਂ ਦੇ ਗੋਲਿਆਂ ਦੇ ਨਾਲ ਤਖਤ ਆਕਾਲ ਨੂੰ ਢਾਹਿਆ ਗਿਆ ਸੀਗਾ ਬੇਕਸੂਰ ਹਜ਼ਾਰਾਂ ਹੀ ਬਜ਼ੁਰਗ ਬੱਚੇ ਤੇ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਸਮੇਂ ਦੀ ਹਕੂਮਤ ਦੇ ਨਾਲ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਾਰਾ ਵਾਲੇ ਤੇ ਉਹਨਾਂ ਦੇ ਸਾਥੀ ਉਹ ਤੇ ਸਿੱਧਾ ਸਿੱਧਾ ਕਹਿ ਲਓ ਭਈ ਮੈਦਾਨੇ ਜੰਗ ਦੇ ਵਿੱਚ ਕੁੱਦੇ ਹੋਏ ਸੀਗੇ ਜਿੰਨੇ ਕ ਜਾਣੇ ਵੀ ਸੀਗੇ ਉਹ 150 ਦੇ ਕਰੀਬ ਹੋਣਗੇ ਜਾਂ ਗਿਣਤੀ ਥੋੜੀ ਘੱਟ ਵੱਧ ਹੋ ਸਕਦੀ ਹੈ ਪਰ ਜਿਹੜੇ ਹੋਰ ਬੇਗੁਨਾਹ ਮਾਰੇ ਗਏ ਸਗੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਸਿੱਖ ਸਮਝਦੇ ਨੇ ਕਿ ਸਾਰੇ ਕਾਸੇ ਦੀ ਮੁੱਖ ਜ਼ਿੰਮੇਵਾਰ ਇੰਦਰਾ ਗਾਂਧੀ ਹੀ ਹੈ ਔਰ ਬਾਅਦ ਵਿੱਚ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਗੱਡੀ ਚਾੜਿਆ ਸੀਗਾ ਸਿੱਖ ਕੌਮ ਉਹਨਾਂ ਨੂੰ ਆਪਣੇ ਯੋਧੇ ਮੰਨਦੀ ਹੈ ਸ਼ਹੀਦ ਮੰਨਦੀ ਹੈ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਇਆ ਸਿੱਖ ਉਹਨਾਂ ਦਾ ਸਤਿਕਾਰ ਕਰਦਾ ਹੈਗਾ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦਾ ਔਰ ਇੰਦਰਾ ਗਾਂਧੀ ਦਾ ਨਾਮ ਤੱਕ ਸੁਣਨਾ ਵੀ ਪਸੰਦ ਨਹੀਂ ਕਰਦਾ ਹੈਗਾ ਸਿੱਖਾਂ ਦੇ ਅੰਦਰ ਇੰਦਰਾ ਗਾਂਧੀ ਦੀ ਇਮੇਜ ਇਸ ਕਿਸਮ ਦੀ ਬਣੀ ਹੋਈ ਹੈ ਮੈਂ ਭਾਰਤ ਦਾ ਜ਼ਿਕਰ ਕਰ ਰਿਹਾ ਹੈ ਕਿ ਭਾਰਤ ਦੇ ਵਿੱਚ ਇਸ ਕਿਸਮ ਦੀ ਫਿਲਮ ਕਿਦਾਂ ਦਾ ਬਿਰਤਾਂਤ ਸਿਰਜਣ ਦਾ ਇੱਕ ਯਤਨ ਹੋਊਗਾ 2023 ਦੇ ਵਿੱਚ ਇਹ ਫਿਲਮ ਜਿਹੜੀ ਆ ਰਿਲੀਜ਼ ਹੋਣੀ ਹੈ ਭਾਵ ਕਿ ਅਗਲੇ ਬਰੇ ਰਿਲੀਜ਼ ਹੋਣੀ ਹੈ ਉਸ ਤੋਂ ਅਗਲੇ ਫਿਰ ਬਰੇ ਫਿਰ 2024 ਦੇ ਵਿੱਚ ਭਾਰਤ ਦੇ ਅੰਦਰ ਇਲੈਕਸ਼ਨ ਹੋਣੇ ਹੈਗੇ ਆ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਜਾਣੇ ਆ ਵੀ ਕੌਣ ਪ੍ਰਧਾਨ ਮੰਤਰੀ ਬਣਦਾ ਆਪਾਂ ਸਾਰੇ ਜਣੇ ਜਾਣਦੇ ਹੈਗੇ ਆ ਕਿ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਇਹ ਮਹਿਸੂਸ ਕਰਦੀਆਂ ਨੇ ਕਿ ਸਾਡੇ ਨਾਲ ਧੱਕਾ ਹੁੰਦਾ ਸਾਡੇ ਨਾਲ ਬਦੀਕੀਆਂ ਹੁੰਦੀਆਂ ਸਾਨੂੰ ਇਨਸਾਫ ਨਹੀਂ ਮਿਲਦਾ ਸਿੱਖ ਮਹਿਸੂਸ ਕਰਦੇ ਨੇ ਕਿ ਸਾਡੀ ਅੱਡਰੀ ਅਤੇ ਵੱਖਰੀ ਜਿਹੜੀ ਸਾਡੀ ਹੋਂਦ ਹਸਤੀ ਆ ਨਿਆਰੀ ਉਹਨੂੰ ਨਿਗਲ ਜਾਣ ਦੇ ਵਾਸਤੇ ਪੂਰੀ ਤਰ੍ਹਾਂ ਤਰਲੋ ਮੱਛੀ ਹੈ ਹਿੰਦ ਹਕੂਮਤ ਸੋ ਉਹਨਾਂ ਦੀ ਅੱਡਰੀ ਹੋਂਦ ਹਸਤੀ ਤੋਂ ਹੀ ਮੁਨਕਰ ਹੈ ਭਾਰਤ ਦੀ ਸਰਕਾਰ ਸੋ ਉਹਨਾਂ ਦਾ ਏਜੰਡਾ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਬਈ ਉਹਨੂੰ ਪੂਰੇ ਭਾਰਤ ਵਿੱਚ ਉਹ ਲਾਗੂ ਕਰਨਾ ਚਾਹੁੰਦੇ ਆ ਉਸ ਤੋਂ ਪਹਿਲਾਂ ਇਹ ਫਿਲਮ ਐਮਰਜੈਂਸੀ ਜਿਹਦਾ ਨਾਮ ਰੱਖਿਆ ਗਿਆ ਹੈਗਾ ਇਹ ਰਿਲੀਜ਼ ਹੋ ਜਾਣੀ ਹੈ ਤੇ ਭਾਰਤ ਵਿੱਚ ਕਿਸ ਕਿਸਮ ਦਾ ਬਿਰਤਾਂਤ ਸਿਰਜਣ ਦਾ ਉਹ ਯਤਨ ਹੋਊਗਾ ਕਿ ਉਹਨੂੰ ਇਹਦੇ ਨਾਲ ਜੋੜ ਕੇ ਦਿਖਿਆ ਜਾ ਸਕਦਾ ਹੈ ਕਿ ਉਸ ਤੋਂ ਪਹਿਲਾਂ ਮੈਂ ਫਿਲਮਾਂ ਦੀ ਗੱਲ ਕਰਦਾ ਪਹਿਲਾਂ ਫਿਲਮਾਂ ਜਿਹੜੀਆਂ ਆਮ ਕਰਕੇ ਇਦਾਂ ਦੀਆਂ ਬਣਦੀਆਂ ਨੇ ਮੈਨੂੰ ਲੱਗਦਾ ਹੈ ਕਿ ਜਾਂ ਤੁਹਾਨੂੰ ਵੀ ਸਾਰਿਆਂ ਨੂੰ ਜ਼ਰੂਰ ਲੱਗਦਾ ਹੋਊਗਾ ਕਿ ਸਚਾਈ ਦੇ ਕਿੰਨੀਆਂ ਕਿ ਲਾਗੇ ਹੁੰਦੀਆਂ ਨੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਆਪਾਂ ਸਮਝ ਸਕਦੇ ਹਾਂ ਹੁਣ ਜਿਹੜੀਆਂ ਫਿਲਮਾਂ ਤੇ ਸਚਾਈ ਦੇ ਲਾਗੇ ਲਾਗੇ ਹੁੰਦੀਆਂ ਨੇ ਪਰ ਹਕੂਮਤ ਨੂੰ ਉਹ ਫਿੱਟ ਨਹੀਂ ਬੈਂਦੀਆਂ ਉਹਨਾਂ ਨੂੰ ਤੇ ਬੈਨ ਕਰ ਦਿੱਤਾ ਜਾਂਦਾ ਆਮ ਕਰਕੇ ਇਹ ਗੱਲ ਆਖੀ ਜਾਂਦੀ ਹੈ ਫਿਲਮਾਂ ਵਾਲਿਆਂ ਵੱਲੋਂ ਕਿ ਅਸੀਂ ਫਿਲਮਾਂ ਇਸ ਕਰਕੇ ਬਣਾਉਂਦੇ ਆ ਜੀ ਕਿ ਚਲੋ ਲੋਕ ਮਨੋਰੰਜਨ ਕਰ ਲੈਣ ਤੇ ਚਲੋ ਨਾਲ ਮਾਰੀ ਮੋਟੀ ਕੋਈ ਸਿਹਤ ਵੀ ਲੈ ਲੈਣ ਪਰ ਕੁਝ ਫਿਲਮਾਂ ਇਦਾਂ ਦੀਆਂ ਬਣਾਈਆਂ ਜਾਂਦੀਆਂ ਨੇ ਜਨਾਬਾਰੇ ਇਹ ਕਿਹਾ ਜਾਂਦਾ ਹੈ ਕਿ ਨਹੀਂ ਮਨੋਰੰਜਨ ਨਹੀਂ ਅਸੀਂ ਇੱਕ ਤਲਖ ਹਕੀਕਤ ਜਿਹੜੀ ਹੈ ਉਹ ਬਿਆਨ ਕਰਨਾ ਚਾਹੁੰਦੇ ਹਾਂ ਪਰ ਉਹ ਜਿਹੜੀ ਤਲਖ ਹਕੀਕਤ ਵਾ ਉਹਦਾ ਕਈ ਵਾਰ ਇੱਕ ਪਹਿਲੂ ਵਿਖਾਇਆ ਜਾਂਦਾ ਹੈਗਾ ਕਿਹੜਾ ਪਹਿਲੂ ਭਲਾ ਜਿਹੜਾ ਹਕੂਮਤ ਨੂੰ ਫਿੱਟ ਬੈਂਦਾ ਹੋਵੇ ਹੁਣ ਹਕੂਮਤ ਭਲਾ ਕਿਦਾਂ ਇਹ ਗੱਲ ਹੋ ਲੈਣ ਦੇ ਸਕਦੀ ਹੈ ਕਿ ਹਕੂਮਤ ਦੇ ਖਿਲਾਫ ਜਿਹੜੀਆਂ ਗੱਲਾਂ ਜਾਂਦੀਆਂ ਹੋਣ ਜਿਹੜੀਆਂ ਘਟਨਾਵਾਂ ਉਹਨਾਂ ਸਮਿਆਂ ਦੇ ਦੌਰਾਨ ਘਟੀਆਂ ਹੋਣ ਉਹਦੇ ਲਈ ਹਕੂਮਤ ਜੇ ਜ਼ਿੰਮੇਵਾਰ ਹੋਵੇ ਤਾਂ ਹਕੂਮਤ ਕਿਦਾਂ ਇਹ ਹੋ ਲਾਂ ਦਵਾਂਗੀ ਕਿ ਉਸ ਫਿਲਮ ਦੇ ਵਿੱਚ ਉਹ ਸਾਰਾ ਕੁਝ ਦਿਖਾਇਆ ਜਾਵੇ ਜਿਹਦਾ ਭਾਂਡਾ ਹਕੂਮਤ ਦੇ ਸਿਰ ਦੇ ਉੱਪਰ ਭੱਜਦਾ ਹੋਵੇ ਮੈਂ ਤਾਜ਼ੀ-ਤਾਜ਼ੀ ਕੱਲ ਵੀ ਗੱਲ ਕਰਕੇ ਹਟਿਆ ਅੱਜ ਵੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਸਕੂਲ ਕਾਲਜਸ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਵਿਦਿਆਰਥੀਆਂ ਨੂੰ ਕਿਤਾਬਾਂ ਪੜਾਈਆਂ ਜਾਂਦੀਆਂ ਨੇ ਉਹਨਾਂ ਕਿਤਾਬਾਂ ਦੇ ਵਿੱਚ ਕੀ ਪੜਾਇਆ ਜਾ ਰਿਹਾ ਹੈਗਾ ਸ਼ਾਇਦ ਮਾਪੇ ਕਈ ਵਾਰ ਧਿਆਨ ਵੀ ਨਹੀਂ ਕਰਦੇ ਸ਼ਗੇ ਬੱਚੇ ਵੀ ਨਹੀਂ ਧਿਆਨ ਕਰਦੇ ਉਹਨਾਂ ਨੂੰ ਹੁੰਦਾ ਕਿ ਚਲੋ ਅਸੀਂ ਪੇਪਰਾਂ ਵਿੱਚ ਪਾਸ ਹੋਣਾ ਹੈਗਾ ਅਸੀਂ ਕਿਹੜਾ ਗੰਭੀਰਤਾ ਨਾਲ ਇਹਨਾਂ ਗੱਲਾਂ ਨੂੰ ਲੈਣਾ ਆ ਪਰ ਇਹ ਸਾਰਾ ਕੁਝ ਹੁੰਦਾ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਆਪਾਂ ਕੀਤੀ ਸੀ ਕੱਲ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਉੱਥੇ ਜਿਹੜੀ ਕਿਤਾਬ ਪੋਲੀਟੀਕਲ ਸਾਇੰਸ ਦੀ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ ਵਿਦਿਆਰਥੀਆਂ ਨੂੰ ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੂੰ ਆਤਵਾਦੀ ਲਿਖਿਆ ਹੋਇਆ ਖਾੜਕੂ ਲਹਿਰ ਨੂੰ ਪੂਰੀ ਤਰ੍ਹਾਂ ਬਦਨਾਮ ਕੀਤਾ ਗਿਆ ਹੈਗਾ ਉਸ ਬੁੱਕ ਦੇ ਵਿੱਚ ਕਿਤਾਬ ਦੇ ਵਿੱਚ ਔਰ ਕਿਤਾਬ ਦਾ ਜਿਹੜਾ ਰਾਈਟਰ ਹੈਗਾ ਉਹਦੇ ਨਾਮ ਦੇ ਪਿੱਛੇ ਖਾਨ ਲਫ਼ਜ਼ ਲੱਗਦਾ ਖਾਨ ਖਾਨ ਲਫ਼ਜ਼ ਆਮ ਕਰਕੇ ਆਪਾਂ ਸਾਰੇ ਜਾਣਦੇ ਆ ਕਿ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਪਿੱਛੇ ਲੱਗਦਾ ਹੈਗਾ ਹੁਣ ਇਹ ਜਿਹੜਾ ਹੈਗਾ ਖਾਨ ਲਫ਼ਜ਼ ਜਿਹਦੇ ਪਿੱਛੇ ਲੱਗਦਾ ਹੈਗਾ ਉਹਦੇ ਵੱਲੋਂ ਲਿਖੀ ਹੋਈ ਕਿਤਾਬ ਹੀ ਪੜਾਈ ਜਾ ਰਹੀ ਹੈ ਕੀ ਇਹਨੂੰ ਵੀ ਨਾਲ ਕੁਝ ਜੋੜ ਕੇ ਦੇਖਿਆ ਜਾ ਸਕਦਾ ਵੀ ਖਾਨ ਹੀ ਕਿਉਂ ਕੋਈ ਹੋਰ ਵੀ ਹੋ ਸਕਦਾ ਸੀਗਾ ਆਪਾਂ ਉਹਨਿਆ ਇਸ ਫਿਲਮ ਬਲ ਐਮਰਜੈਂਸੀ ਕੰਗਣਾ ਰਣੌਤ ਕੰਗਣਾ ਰਣੌਤ ਦਾ ਜੋ ਪਿਛਲੇ ਸਮੇਂ ਸੰਘਰਸ਼ ਚੱਲਿਆ ਕਿਸਾਨੀ ਸੰਘਰਸ਼ ਕਿਦਾਂ ਦਾ ਰੋਲ ਰਿਆ ਹੈਗਾ ਉਹਦੇ ਵਿੱਚ ਆਪਾਂ ਸਾਰੇ ਹੀ ਜਣੇ ਜਾਣਦੇ ਹੈਗੇ ਆ ਕਿੱਦਾਂ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੀ ਆ ਪੰਜਾਬੀਆਂ ਦੇ ਗੁੱਸੇ ਦਾ ਸ਼ਿਕਾਰ ਹੁੰਦੀ ਆ ਕੰਗਣਾ ਰਣੌਤ ਕਿਦਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਭੁਗਤਦੀ ਆ ਮਤਲਬ ਆਪਾਂ ਸਾਰੇ ਜਣੇ ਜਾਣਦੇ ਹੈਗੇ ਕਿ ਕੰਗਣਾ ਰਣੌਤ ਨੂੰ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਹੀ ਚੰਗੇ ਲੱਗਦੇ ਆ ਔਰ ਉਹਨਾਂ ਵੱਲੋਂ ਫੈਸਲੇ ਜਿਹੜੇ ਲਏ ਜਾਂਦੇ ਆ ਉਹ ਕੰਗਣਾ ਰਣੌਤ ਨੂੰ ਬਹੁਤ ਹੀ ਜ਼ਿਆਦਾ ਪਸੰਦ ਨੇ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਕੰਗੜਾ ਰਣੌਤ ਹੁਣ ਜਦੋਂ ਫਿਲਮ ਆ ਕਰਨ ਜਾ ਰਹੀ ਹੈਗੀ ਆ ਤਾਂ ਫਿਰ ਸੋਚਣਾ ਬਣਦਾ ਹੈਗਾ ਕਿ ਉਹਦੇ ਵਿੱਚ ਕੀ ਦਿਖਾਇਆ ਜਾਊਗਾ ਜਾਂ ਕਿੱਦਾਂ ਦਾ ਹੁਣ ਫਿਲਮਾਂ ਜਦੋਂ ਕੋਈ ਦੇਖਦਾ ਹੈਗਾ ਫਿਲਮਾਂ ਕਿੰਨੇ ਵਧੀਆ ਤਰੀਕੇ ਨਾਲ ਬਣਾਈਆਂ ਜਾਂਦੀਆਂ ਆਪਾਂ ਸਾਰੇ ਜਣੇ ਜਾਣਦੇ ਹੈਗੇ ਆ ਸੋਚ ਕੇ ਵੇਖੋ ਜਿਹੜੇ ਚਾਹੇ ਜਵਾਨ ਹੋਣ ਜਾਂ ਜਿਹਨਾਂ ਨੂੰ ਹਿਸਟਰੀ ਬਾਰੇ ਬਹੁਤਾ ਜ਼ਿਆਦਾ ਨਹੀਂ ਪਤਾ ਹੈਗਾ ਕਿ ਪਿਛਲੇ ਸਮੇਂ ਦੌਰਾਨ ਵਾਪਰਿਆ ਕੀ ਹੈਗਾ ਜਦੋਂ ਫਿਲਮ ਨੂੰ ਦੇਖਣ ਵਾਸਤੇ ਉਹ ਸਿਨੇਮਾ ਹਾਲ ਦੇ ਅੰਦਰ ਜਾਣਗੇ ਤੇ ਉਹਨਾਂ ਨੂੰ ਜਦੋਂ ਇੱਕ ਵਧੀਆ ਤਰੀਕੇ ਦੇ ਨਾਲ ਸ਼ਿੰਗਾਰ ਕੇ ਇੱਕ ਖਾਸ ਕਿਸਮ ਦਾ ਨੈਰੇਟਿਵ ਸਿਰਜਣ ਦੇ ਉਦੇਸ਼ ਦੇ ਨਾਲ ਫਿਲਮ ਦੇਖਣ ਦਾ ਮੌਕਾ ਮਿਲੂਗਾ ਤਾਂ ਉਹਨਾਂ ਦੇ ਅੰਦਰ ਕੀ ਕੁਝ ਚੱਲੂਗਾ ਭਲਾ ਹੁਣ ਇਹ ਜਿਹੜੀ ਫਿਲਮ ਹਨਾ ਦੀ ਸ਼ੁਰੂਆਤ ਕਿੱਦਾਂ ਹੋਣੀ ਹੈਗੀ ਉਹ ਮੈਂ ਤੁਹਾਨੂੰ ਦੱਸਦਾ ਥੋੜਾ ਜਿਆ ਸੋ ਇਹਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਕੁਝ ਇਸ ਤਰੀਕੇ ਨਾਲ ਹੁੰਦੀ ਆ ਦੇਖੋ ਕਿਦਾਂ ਪ੍ਰਭਾਵਿਤ ਕਰੂੰਗੇ ਲੋਕਾਂ ਨੂੰ ਇੱਕ ਬਹੁਤ ਹੀ ਵੱਡਾ ਜਿਹਾ ਦਫ਼ਤਰ ਹੈਗਾ ਆ ਦਫਤਰ ਤੋਂ ਸ਼ੁਰੂਆਤ ਹੁੰਦੀ ਹੈ ਜਿਹਦੇ ਵਿੱਚ ਇੱਕ ਬੰਦਾ ਫੋਨ ਚੁੱਕਦਾ ਹੈਗਾ ਆਪਣੇ ਕੰਨ ਨੂੰ ਲਗਾਉਂਦਾ ਫੋਨ ਤੋਂ ਬਾਅਦ ਉਹ ਜਿਹੜਾ ਆਦਮੀ ਹੈਗਾ ਉਹ ਇੱਕ ਦੂਜੇ ਕਮਰੇ ਦੇ ਵਿੱਚ ਜਾਂਦਾ ਹੈਗਾ ਜਿੱਥੇ ਇੱਕ ਔਰਤ ਖੜੀ ਨਜ਼ਰ ਆ ਰਹੀ ਆ ਉਹ ਆਦਮੀ ਉਹਨੂੰ ਜਾ ਕੇ ਪੁੱਛਦਾ ਉਸ ਔਰਤ ਨੂੰ ਕਹਿੰਦਾ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਪੁੱਛ ਰਹੇ ਆ ਕਿ ਕੀ ਕਾ ਵਹ ਉਹਨੇ ਮੈਡਮ ਕਹਿ ਕੇ ਬੁਲਾ ਸਕਤੇ ਹਨ ਇਸ ਤੋਂ ਬਾਅਦ ਇੰਦਰਾ ਗਾਂਧੀ ਬਣੀ ਹੋਈ ਕੰਗਣਾ ਰਣੌਤ ਦੀ ਝਲਕ ਨਜ਼ਰ ਆਉਂਦੀ ਹੈਗੀ ਆ ਕੰਗਣਾ ਦਾ ਚਿਹਰਾ ਫਿਲਮ ਦੇ ਵਿੱਚ ਇਹਦਾ ਇੱਕ ਪਾਸੇ ਤੋਂ ਦਿਖਾਇਆ ਜਾਂਦਾ ਹੈਗਾ ਔਰ ਜਦੋਂ ਉਹ ਦਿਖਾਇਆ ਜਾਂਦਾ ਹੈਗਾ ਤਾਂ ਦੇਖਣ ਵਾਲਿਆਂ ਨੂੰ ਐਂ ਲੱਗੂਗਾ ਕਿ ਲੈ ਵੀ ਪਛਾਣ ਹੀ ਨਹੀਂ ਸਕਣਗੇ ਉਹਨਾਂ ਨੂੰ ਐ ਲੱਗੂਗਾ ਕਿ ਲੈ ਵੀ ਇੰਦਰਾ ਗਾਂਧੀ ਹੀ ਨਜ਼ਰ ਆ ਰਹੀ ਹੈ ਸੋ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਮੇਕਅਪ ਮੈਨ ਹੁੰਦੇ ਆ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਮੇਕਅਪ ਜਾਂ ਕਰ ਦਿੰਦੇ ਹੈਗੇ ਆ ਪੂਰੀ ਇੰਦਰਾ ਗਾਂਧੀ ਲੱਗਦੀ ਹੈ ਜੀ ਫੋਟੋ ਤੁਸੀਂ ਦੇਖ ਸਕਦੇ ਆ ਉਸ ਤੋਂ ਬਾਅਦ ਅ ਕੰਗਣਾ ਜਿਹੜੀ ਆ ਇੰਦਰਾ ਗਾਂਧੀ ਦੇ ਅੰਦਾਜ਼ ਵਿੱਚ ਕਹਿੰਦੀ ਆ ਅਮਰੀਕਾ ਕੇ ਪ੍ਰੈਜ਼ੀਡੈਂਟ ਸੇ ਕਹਿ ਦੇਣਾ ਕਿ ਮੁਝੇ ਮੇਰੇ ਦਫ਼ਤਰ ਮੇਂ ਸਭ ਮੈਡਮ ਨਹੀਂ ਸਰ ਕਹਤੇ ਹਨ ਮਤਲਬ ਮੈਡਮ ਆਪਣੇ ਆਪ ਨੂੰ ਕਹਣਾ ਪਸੰਦ ਨਹੀਂ ਸੀ ਕਰਦੀ ਇੰਦਰਾ ਗਾਂਧੀ ਸਰ ਕਹਣਾ ਪਸੰਦ ਕਰਦੀ ਸੀ ਸੋ ਫਿਲਮ ਦੀ ਸ਼ੁਰੂਆਤ ਇਥੋਂ ਹੁੰਦੀ ਹੈ ਸੋ ਜਿਹੜੇ ਦੇਖਣ ਵਾਲੇ ਦਰਸ਼ਕ ਹੈਗੇ ਆ ਉਹਨਾਂ ਨੂੰ ਇਹ ਲੱਗੂਗਾ ਕਿ ਲੈ ਵੀ ਕਿੰਨੀ ਸਟਰੋਂਗ ਲੇਡੀ ਹੈ ਕੀ ਬਾਤ ਹੈ ਦੇਸ਼ ਦੀ ਪ੍ਰਧਾਨ ਮੰਤਰੀ ਰਹੀ ਇੰਦਰਾ ਗਾਂਧੀ ਕਿੰਨੀ ਸਟਰੋਂਗ ਲੇਡੀ ਹੈ ਔਰ ਸ਼ੁਰੂ ਦੇ ਵਿੱਚ ਹੀ ਉਹਨਾਂ ਦੇ ਅੰਦਰ ਇੱਕ ਇੱਕ ਮਰਦਾਨਗੀ ਵਾਲੀ ਜਿਹੜੀ ਭਾਵਨਾ ਹੈਗੀ ਆ ਉਹ ਪੈਦਾ ਹੋ ਜੂਗੇ ਕਿ ਲੈ ਵੀ ਇਦਾਂ ਦੀਆਂ ਔਰਤਾਂ ਚਾਹੀਦੀਆਂ ਜੜੀਆਂ ਸਖਤ ਫੈਸਲੇ ਲੈ ਸਕਣ ਉਸ ਤੋਂ ਅੱਗੇ ਫਿਰ ਜਿਦਾ ਜਿਦਾ ਫਿਲਮ ਦੀ ਸਟੋਰੀ ਚੱਲੀ ਜਾਊਗੀ ਉਹ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਚੱਲੀ ਜਾਊਗਾ ਹੁਣ ਇੰਦਰਾ ਗਾਂਧੀ ਦੇ ਕਤਲ ਦੀ ਜਿਹੜੀ ਵਜ੍ਹਾ ਬਣੀਆ ਉਸ ਘਟਨਾ ਨੂੰ ਉਹ ਵਾਈਗੁਰੂ ਜਾਣਾ ਇਸ ਫਿਲਮ ਦੇ ਵਿੱਚ ਫਿਲਮਾਇਆ ਜਾਣਾ ਹੈ ਜਾਂ ਨਹੀਂ ਫਿਲਮਾਇਆ ਜਾਣਾ ਇੰਦਰਾ ਗਾਂਧੀ ਦਾ ਕਤਲ ਹੁੰਦਾ ਵੀ ਦਿਖਾਇਆ ਜਾਣਾ ਜਾਂ ਨਹੀਂ ਦਿਖਾਇਆ ਜਾਣਾ ਹੈਗਾ ਉਹਦੇ ਬਾਰੇ ਹੱਲੇ ਕੁਝ ਵੀ ਨਹੀਂ ਪਤਾ ਹੈਗਾ ਜੋ ਸਾਨੂੰ ਪਤਾ ਲੱਗਾ ਸਿਰਫ ਇੰਨਾ ਕਾ ਕਿ ਸ਼ੂਟਿੰਗ ਹੱਲੇ ਇਹਦੀ ਚੱਲਦੀ ਹੈਗੀ ਆ ਹੱਲੇ ਫਿਲਮ ਪੂਰੀ ਤਿਆਰ ਹੋਣੀ ਹੈ ਤੇ ਅਗਲੇ ਬਾਰੇ ਇਹ ਰਿਲੀਜ਼ ਹੋਣੀ ਹੈ ਉਹ ਪਤਾ ਨਹੀਂ ਕੀ ਦਿਖਾਉਣਾ ਹੈਗਾ ਸੋ ਜਿੱਦਾਂ ਮੈਂ ਪਹਿਲਾਂ ਆਖਿਆ ਦੋ ਵਾਰੀ ਕਹਿ ਚੁੱਕਾ ਹੈਗਾ ਕਿ ਭਾਰਤ ਦੇ ਵਿੱਚ ਜਦੋਂ ਇਸ ਕਿਸਮ ਦੀਆਂ ਫਿਲਮਾਂ ਬਣਦੀਆਂ ਆ ਤਾਂ ਫਿਰ ਉੱਥੇ ਇੱਕ ਵਿਰਤਾਂਤ ਸਿਰਜਿਆ ਜਾਂਦਾ ਤੁਹਾਨੂੰ ਪਿੱਛੇ ਜੇ ਚੇਤਾ ਹੂੰਗਾ ਬਹੁਤ ਸਾਰੀਆਂ ਫਿਲਮਾਂ ਆ ਉਦਾਂ ਮੈਂ ਇੱਕ ਉਦਾਹਰਨ ਦੇਣੀ ਚਾਹੂੰਗਾ ਕਿ ਇੱਕ ਫਿਲਮ ਪਿੱਛੇ ਜੇ ਬਣੀ ਸਗੀ ਅਨੁਪਮ ਖੇਰ ਦੀ ਦਾ ਕਸ਼ਮੀਰ ਫਾਈਲਜ਼ ਉਹ ਜਿਹੜੀ ਫਿਲਮ ਹੈਗੀ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਦੋਂ ਤੁਸੀਂ ਕਸ਼ਮੀਰ ਦੇ ਵਿੱਚੋਂ ਜਿਹੜੇ ਕਸ਼ਮੀਰੀ ਪੰਡਤ ਉੱਥੇ ਪ੍ਰਭਾਵਿਤ ਹੋਏ ਆ ਜਾਂ ਕਸ਼ਮੀਰ ਛੱਡ ਕੇ ਉੱਥੋਂ ਨਿਕਲੇ ਹੈਗੇ ਆ ਉਹਨਾਂ ਦੀ ਗਿਣਤੀ ਕਿੰਨੀਆਂ ਪਲਾ ਜੇ ਤੁਸੀਂ ਆਰਟੀਆਈ ਪਾਉਂਦੇ ਹੋ ਤਾਂ 89 ਜੇ ਤੁਸੀਂ ਸਰਕਾਰੀ ਅੰਕੜੇ ਦੇਖਦੇ ਹੋ ਤਾਂ 200 ਜੇ ਤੁਸੀਂ ਫਿਲਮ ਦੇਖਦੇ ਹੋ ਤਾਂ 4000 ਹੁਣ ਫਿਲਮਾਂ ਦੇ ਜ਼ਰੀਏ ਇਸ ਕਿਸਮ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੱਥੇ-ਜਿੱਥੇ ਵੀ ਜਿੱਥੋਂ ਦੇ ਲੋਕ ਸੰਘਰਸ਼ ਕਰ ਰਹੇ ਆ ਆਜ਼ਾਦੀ ਦਾ ਜਾਂ ਆਪਣੇ ਹੱਕ ਹਕੂਕਾ ਵਾਸਤੇ ਲੜਾਈ ਲੜ ਰਹੇ ਆ ਸੋ ਉਹਨਾਂ ਦੇ ਖਿਲਾਫ ਇੱਕ ਇਦਾਂ ਦਾ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਜਾਂਦਾ ਹੈਗਾ ਹੁਣ ਜੇ 4000 ਵਾ ਜੇ ਮੰਨ ਲਓ 4000 ਵਾ ਤਾਂ ਫਿਰ ਆਰਟੀਆਈ ਪੌਣ ਦੇ ਉੱਪਰ 89 ਕਿਉਂ ਉੱਥੋਂ ਨਿਕਲਦਾ ਫਿਰ ਉਥੋਂ 4000 ਹੀ ਨਿਕਲ ਜੇ 89 ਹੀ ਹਨ ਤਾਂ ਫਿਰ ਫਿਲਮ ਦੇ ਵਿੱਚ 4000 ਕਿਉਂ ਦਿਖਾਇਆ ਜਾਂਦਾ ਇਦਾਂ ਹੀ ਪੰਜਾਬ ਦੇ ਵਿੱਚ ਆ ਜਾਓ ਪਿਛਲੇ ਸਮੇਂ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹ ਉਸ ਦੌਰਾਨ ਤੇ ਉਸ ਤੋਂ ਪਹਿਲਾਂ ਸਾਰਾ ਕੁਝ ਸਰਲਾ ਮਲਾ ਕੇ ਉਹਨਾਂ ਸਮਿਆਂ ਦੇ ਵਿੱਚ ਇੱਥੇ ਇੱਕ ਇਹ ਵਰਤਾਂਤ ਸਿਰਜਣ ਦਾ ਯਤਨ ਕੀਤਾ ਜਾਂਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ 35000 ਹਿੰਦੂਆਂ ਨੂੰ ਕਤਲ ਕੀਤਾ ਗਿਆ ਸੀਗਾ 35000 ਹਿੰਦੂਆਂ ਨੂੰ ਕਤਲ ਕੀਤਾ ਗਿਆ ਹੋਵੇ ਔਰ ਉਹਦੇ ਅੰਕੜੇ ਸਾਹਮਣੇ ਨਾ ਆਉਣ ਕਿਤੇ ਐਫਆਈਆਰ ਦਰਜ ਹੋਈ ਹੋਊਗੀ ਕੁਝ ਤਾਂ ਸਾਹਮਣੇ ਆਵੇ ਹਨਾ ਕੋਈ ਲਿਸਟ ਬਣਾਈ ਹੋਵੇ ਕਿਸੇ ਨੇ ਮਤਲਬ ਜਿਹੜੇ ਵੀ ਲੋਕ ਇਸ ਕਿਸਮ ਦੀ ਗੱਲ ਨੂੰ ਪ੍ਰਚਾਰਦੇ ਆ ਉਹਨਾਂ ਵਿੱਚੋਂ ਕੁਝ ਲੋਕਾਂ ਦੇ ਨਾਲ ਮੈਂ ਇੰਟਰਵਿਊਜ਼ ਕੀਤੇ ਹੈਗੇ ਆ ਮੈਂ ਉਹਨਾਂ ਨੂੰ ਪੁੱਛਣ ਦਾ ਯਤਨ ਕੀਤਾ ਕਿ 35 ਹਜ਼ਾਰ ਹਿੰਦੂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਮਾਰੇ ਗਏ ਉਹਨਾਂ ਸਮੇਂ ਦੇ ਵਿੱਚ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਬੱਸਾਂ 'ਚੋਂ ਲਾਹ ਲਾ ਕੇ ਮਾਰਤੇ ਗਏ ਵੀ ਤੁਹਾਡੇ ਕੋਲ ਉਹਨਾਂ ਦੀ ਲਿਸਟ ਕੋਈ ਹੈਗੀ ਆ ਇੱਕ ਪੱਤਰਕਾਰ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਪਰਿਵਾਰਾਂ ਦੇ ਘਰ ਜਾਈਏ ਉਹਨਾਂ ਨੂੰ ਜਾ ਕੇ ਪੁੱਛੀਏ ਉਹਨਾਂ ਦਾ ਦੁੱਖ ਦਰਦ ਵੀ ਤੁਹਾਨੂੰ ਇਨਸਾਫ਼ ਕਿਉਂ ਨਹੀਂ ਮਿਲਿਆ ਕਿਉਂਕਿ ਜਿਹੜੇ ਬਹੁਤ ਸਾਰੇ ਸਿੱਖ ਪਰਿਵਾਰ ਜਿਨ੍ਹਾਂ ਦਾ ਸਾਰੇ ਸਾਰੇ ਪਰਿਵਾਰ ਕਈ ਇੱਕ ਇੱਕ ਪਰਿਵਾਰ ਦੇ ਕਿੰਨੇ ਕਿੰਨੇ ਜੀ ਮੈਂ ਕਈਆਂ ਦੇ ਘਰੇ ਜਾਣਾ ਹੈਗਾ ਉਹ ਤੇ ਦੱਸਦੇ ਆ ਬੋਲ ਕੇ ਬਕਾਇਦਾ ਵੀ ਸਾਡੇ ਪਰਿਵਾਰ ਦੇ ਇਹਨੇ ਨੇ ਜੀ ਆ ਮੈਂ ਥੋੜੇ ਦਿਨ ਹੋਏ ਕਿਸੇ ਦੇ ਘਰੇ ਜਾ ਕੇ ਆਇਆ ਸੀਗਾ ਤਰਨਤਾਰ ਨੂੰ ਦੱਸਦੇ ਕਹਿੰਦੇ ਸਾਡੇ ਪਰਿਵਾਰ ਦੇ 10 ਜੀ ਉਹਨਾਂ ਸਮੇਂ ਦੇ ਵਿੱਚ ਮਾਰੇ ਗਏ 10 ਪਰਿਵਾਰ ਦੇ ਮੈਂਬਰ ਉਹਨਾਂ ਸਮੇਂ ਦੇ ਵਿੱਚ ਸ਼ਹੀਦ ਹੋਏ ਮਾਰ ਦਿੱਤੇ ਗਏ ਸੋ ਉਹ ਤੇ ਦੱਸਦੇ ਆ ਬਹੁਤ ਸਾਰੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਉਹਨਾਂ ਦੇ ਐਡਰੈਸ ਹੈਗੇ ਆ ਉਹਨਾਂ ਪਰਿਵਾਰਾਂ ਨੂੰ ਜਾ ਕੇ ਕੋਈ ਵੀ ਮਿਲ ਸਕਦਾ ਆ ਜਿਹੜਾ ਸਿੱਖ ਪਰਿਵਾਰਾਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਪਰ 35000 ਜਿਹੜੇ ਉਹ Hindu ਪਰਿਵਾਰ ਹੈਗੇ ਆ ਉਹਨਾਂ ਨੂੰ ਜਾ ਕੇ ਜੇ ਕਿਸੇ ਨੇ ਮਿਲਣਾ ਹੋਵੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ ਹੋਵੇ ਤਾਂ ਕਿੱਦਾਂ ਜਾ ਕੇ ਕੋਈ ਮਿਲ ਸਕਦਾ ਕੋਈ ਲਿਸਟ ਹੈ ਨਹੀਂ ਸਿਰਫ ਇੱਕ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਜਾਂਦਾ ਹੈਗਾ ਫੇਕ 35000 ਸੋ ਮੈਂ ਹੁਣ ਵੀ ਕਹਿ ਰਿਆਂ ਗੱਲ ਅੱਗੇ ਵੀ ਮੈਂ ਹਰ ਵਾਰ ਕਹਿਣਾ ਹੈਗਾ ਕਿ ਮੈਂ ਫੇਕ ਲਫਜ਼ ਤਾਂ ਬੋਲਿਆ ਹੈਗਾ ਭਈ ਜਦੋਂ ਤੁਸੀਂ ਅੰਕੜੇ ਸਾਹਮਣੇ ਨਹੀਂ ਲੈ ਕੇ ਆਉਂਦੇ ਤਾਂ ਫਿਰ ਫੇਕ ਹੀ ਆ ਨਾ ਉਹ ਜਿਹੜੇ ਦਾਵਾ ਕਰਦੇ ਆ ਕਿ ਅਸੀਂ ਹਿੰਦੂਆਂ ਦੇ ਸ਼ਿਵ ਸੈਨਾ ਵਾਲੇ ਹੋ ਗਏ ਜਾਂ ਹੋਰ ਲੋਕ ਲੀਡਰ ਜਿਹੜੇ ਆਪਣੇ ਆਪ ਨੂੰ ਅ ਵੱਡੇ ਲੀਡਰ ਅਖਵਾਉਂਦੇ ਆ ਭਈ ਅਸੀਂ ਹਿੰਦੂਆਂ ਦੇ ਵੱਡੇ ਲੀਡਰ ਆ ਉਹ ਕਿਉਂ ਨਹੀਂ ਅੰਕੜੇ ਸਾਹਮਣੇ ਲੈ ਕੇ ਆਉਂਦੇ ਉਹਨਾਂ ਨੂੰ ਲੈ ਕੇ ਆਉਣੇ ਚਾਹੀਦੇ ਆ ਉਹਨਾਂ ਦੇ ਹਿਸਾਬ ਨਾਲ ਤਾਂ ਇਹ ਸੇਵਾ ਵਾਲਾ ਕਾਰਜ ਹੈਗਾ ਉਹਨਾਂ ਨੂੰ ਕਰਨਾ ਚਾਹੀਦਾ ਸਿੱਖ ਕਰਦੇ ਆ ਸੋ ਇਦਾਂ ਦੇ ਵਿਰਤਾਂਤ ਸਿਰਜਣ ਦਾ ਯਤਨ ਕੀਤਾ ਜਾਂਦਾ ਹੈਗਾ ਸੋ ਜਦੋਂ ਇਦਾਂ ਦੀਆਂ ਚੀਜ਼ਾਂ ਆਪਾਂ ਦੇਖਦੇ ਆ ਤਾਂ ਫਿਰ ਮਨ ਵਿੱਚ ਖਿਆਲ ਇਹ ਜ਼ਰੂਰ ਆਉਂਦਾ ਹੈਗਾ ਕਿ ਜਿਹੜੀ ਇਹ ਫਿਲਮ ਬਣ ਰਹੀ ਆ ਜਾਂ ਇਸ ਕਿਸਮ ਦੀਆਂ ਜਿਹੜੀਆਂ ਹੋਰ ਫਿਲਮਾਂ ਬਣਦੀਆਂ ਆ ਪਈ ਹੋਵੇ ਨਾ ਤਾਂ ਇਹ ਫਿਲਮਾਂ ਵੀ ਜਾਂ ਇਹ ਵਾਲੀ ਫਿਲਮ ਵੀ ਇਸੇ ਹੀ ਤਰ੍ਹਾਂ ਦਾ ਇੱਕ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਜਾ ਰਿਹਾ ਹੋਵੇ ਐਦਾਂ ਵੀ ਹੋ ਸਕਦਾ ਐਦਾਂ ਤੁਸੀਂ ਦੇਖੋ ਬਹੁਤ ਸਾਰੀਆਂ ਫਿਲਮਾਂ ਜੜੀਆਂ ਕਿ ਖਾੜਕੂ ਸੰਘਰਸ਼ ਨੂੰ ਲੈ ਕੇ ਸਿੱਖ ਧਰਾਂ ਵੱਲੋਂ ਬਣਾਈਆਂ ਗਈਆਂ ਉਹਨਾਂ ਨੂੰ ਤਾਂ ਬੈਨ ਕਰ ਦਿੱਤਾ ਜਾਂਦਾ ਹੈ ਇਥੋਂ ਤੱਕ ਕੇ ਪੰਜਾਬ ਅਤੇ ਖਾਲਸਾ ਪੰਥ ਦੀਆਂ ਹੱਕੀ ਅਤੇ ਵਾਜਬ ਜਿਹੜੀਆਂ ਕਾਨੂੰਨ ਦੇ ਹਿਸਾਬ ਨਾਲ ਵੀ ਵਾਜਬ ਆ ਭਾਰਤ ਦੇ ਸੰਵਿਧਾਨ ਦੇ ਹਿਸਾਬ ਨਾਲ ਵੀ ਵਾਜਬ ਆ ਰਾਇਪੇਰੀਅਨ ਲਾ ਦੇ ਮੁਤਾਬਕ ਵੀ ਵਾਜਬ ਨੇ ਉਹਨਾਂ ਚੀਜ਼ਾਂ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਬਣਦੀ ਹੈ ਕੋਈ ਗੀਤ ਗਾਉਂਦਾ ਹੈਗਾ ਜਾਂ ਕੋਈ ਪੋਸਟ ਲੈ ਕੇ ਵੀ ਸ਼ੇਅਰ ਕਰ ਦਿੰਦਾ ਸੋਸ਼ਲ ਮੀਡੀਆ ਤੇ ਉਹਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਜਾਂਦਾ ਹੁਣ ਵੇਖਣਾ ਹੋਊਗਾ ਕਿ ਜਿਹੜੀ ਇਹ ਫਿਲਮ ਆ ਕੀ ਇਹ ਭਾਰਤ ਵਿੱਚ ਕਿੰਨਾ ਦਾ ਮਾਹੌਲ ਪੈਦਾ ਕਰਨ ਦੀ ਵਜ੍ਹਾ ਬਣਦੀ ਹੈ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਪਰ ਜਦੋਂ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਲੱਗੂਗੀ ਕਿੰਦਾ ਦਾ ਇੱਥੇ ਮਾਹੌਲ ਬਣੂਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਫਿਰ ਇਹ ਵੀ ਦੇਖਣਾ ਹੋਊਗਾ ਕਿ ਉਦੋਂ ਇੱਥੋਂ ਦੀ ਜਿਹੜੀ ਸਰਕਾਰ ਹੈਗੀ ਆ ਭਾਰਤ ਦੀ ਸਰਕਾਰ ਜਾਂ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਕੀ ਉਹ ਆਪਣੇ ਸੂਬੇ ਦੇ ਵਿੱਚ ਤੇ ਹਿੰਦ ਹਕੂਮਤ ਆਪਣੇ ਮੁਲਕ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਹੋਣ ਲੈਂ ਦਊਗੀ ਜੇ ਇਸ ਫਿਲਮ ਦੇ ਵਿੱਚ ਵਾਕਈ ਬਹੁਤ ਕੁਝ ਇਤਰਾਜ਼ਯੋਗ ਹੋਇਆ ਤਾਂ ਹੁਣ ਗੱਲ ਇਹ ਆ ਕਿ ਉਹ ਤੇ ਬੜੇ ਮਾਣ ਦੇ ਨਾਲ ਦੱਸ ਰਹੀ ਹੈ ਔਰ ਜੋ ਪੜਾਇਆ ਵੀ ਜਾ ਰਿਹਾ ਹੈਗਾ ਜੋ ਸਰਕਾਰਾਂ ਵੀ ਦਾਅਵੇ ਕਰਦੀਆਂ ਆ ਕਿ ਅਤਵਾਦ ਦਾ ਦੌਰ ਸੀਗਾ ਜੀ ਇੰਦਰਾ ਗਾਂਧੀ ਇੱਕ ਸਟਰੋਂਗ ਲੇਡੀ ਸੀਗੀ ਉਹਨੇ ਇਹ ਸਾਰਾ ਕੁਝ ਕੀਤਾ ਤੇ ਬਹੁਤ ਵਧੀਆ ਤਰੀਕੇ ਨਾਲ ਉਹਨੇ ਸ਼ਾਂਤੀ ਸਥਾਪਿਤ ਕਰਨ ਦਾ ਇੱਕ ਵਧੀਆ ਯਤਨ ਕੀਤਾ ਸੋ ਆ ਜਾ ਕੇ ਦੇਖਣਾ ਹੋਊਗਾ ਕਿ ਜਦੋਂ ਫਿਲਮ ਤਿਆਰ ਹੁੰਦੀ ਹੈ ਤਾਂ ਫੇਰ ਹੀ ਸਾਰੀ ਗੱਲ ਸਾਹਮਣੇ ਆਉਂਗੀ ਕਿ ਉਹਦੇ ਵਿੱਚ ਕੀ ਦਿਖਾਇਆ ਗਿਆ ਹੈਗਾ ਕੀ ਦਿਖਾਉਣ ਦਾ ਯਤਨ ਕੀਤਾ ਗਿਆ ਹੈਗਾ ਅਸੀਂ ਤਾਂ ਆਸ ਕਰਦੇ ਹਾਂ ਚਾਹੁੰਦੇ ਵੀ ਹਾਂ ਕਿ ਇਦਾਂ ਦਾ ਹੀ ਕੁਝ ਹੋਣਾ ਚਾਹੀਦਾ ਹੈਗਾ ਜਿਹਦੇ ਨਾਲ ਮਾਹੌਲ ਖਰਾਬ ਨਾ ਹੋਵੇ ਅਸੀਂ ਤਾਂ ਇਹ ਹੀ ਆਸ ਕਰਦੇ ਹਾਂ ਤੇ ਉਸ ਵਾਹਿਗੁਰੂਗੇ ਅਰਦਾਸ ਵੀ ਕਰਦੇ ਹਾਂ ਕਿ ਕੁਝ ਇਦਾਂ ਦਾ ਹੀ ਹੋਣਾ ਚਾਹੀਦਾ ਜਿਹਦੇ ਨਾਲ ਹਰੇਕ ਨਾਗਰਿਕ ਸ਼ਾਂਤੀ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਔਰ ਜਿਹੜੇ ਲੋਕ ਇਦਾਂ ਅਸ਼ਾਂਤੀ ਪੈਦਾ ਕਰਨ ਦਾ ਕੋਝਾ ਯਤਨ ਕਰਦੇ ਆ ਜਾਂ ਇਤਿਹਾਸ ਨੂੰ ਤੋੜ ਮਰੋੜ ਕੇ ਜਾਂ ਕਿਸੇ ਇੱਕ ਪੱਖ ਨੂੰ ਛੱਡ ਕੇ ਤੇ ਕੇਵਲ ਇੱਕ ਪੱਖ ਜਿਹੜਾ ਹੈਗਾ ਆ ਉਹ ਰੱਖ ਕੇ ਸਾਹਮਣੇ ਇੱਕ ਸੈੱਟ ਕੀਤਾ ਹੋਇਆ ਬਿਰਤਾਂਤ ਨੈਰੇਟਿਵ ਉਹਨੂੰ ਸਿਰਜਣ ਦਾ ਯਤਨ ਕਰਦੇ ਆ ਕਿ ਅਸੀਂ ਆਹੀ ਨੈਰੇਟਿਵ ਸੈੱਟ ਕਰਨਾ ਹੈਗਾ ਆ ਇਹ ਨਹੀਂ ਹੋਣਾ ਚਾਹੀਦਾ ਇਹ ਚੰਗਾ ਨਹੀਂ ਹੁੰਦਾ ਸੋ ਦੇਖੋ ਆਉਣ ਵਾਲੇ ਸਮੇਂ ਵਿੱਚ ਕੀ ਬਣਦਾ ਜੀ ਫਿਲਮ ਦੇ ਵਿੱਚ ਕੀ ਦਿਖਾਉਨੇ ਆ ਦੇਖਦੇ ਆ ਜੀ ਬਹੁਤ ਬਹੁਤ ਧੰਨਵਾਦ